ਇਹ ਸਿਰ ਆਉਖੀਆਂ ਹਾਲਾਤਾਂ ਦੇ ਬਾਵਜੂਦ ਮਲ ਪੂਰੇ ਸਮੇਂ ਸਿਰ ਚੋਣਾਂ ਕਰਾਉਣ ਦਾ ਇਰਾਦਾ ਕਰਨਾ ਭਾਰਤ ਦੇ ਚੋਣ ਕਮਿਸ਼ਨ ਦੀ ਮੈਂ ਸਮਝਦਾ ਯੋਗਤਾ ਦਾ ਬਸੰਸਬੜੀ ਗੱਲ ਆ ਔਰ ਬੜੀਆਂ ਆਟਕਲਾਂ ਸੀ ਬੜੀਆਂ ਫਵਾਵਾਂ ਸੀ ਬੜਾ ਪ੍ਰਚਾਰ ਸੀ ਕਿ ਚੋਣਾਂ ਮੁਲਤਵੀ ਹੋਣਗੀਆਂ ਪਰ ਉਹਨਾਂ ਨੇ ਜਿਸ ਤਰ੍ਹਾਂ ਚੋਣ ਤਰੀਕ ਰੱਖੀ ਆ ਇਹ ਬੜੀ ਸਵਾਗਤਯੋਗ ਆ ਔਰ ਮੈਂ ਸਮਝਦਾ ਇਹ ਭਾਰਤ ਦੀ ਲੋਕ ਪਰਜਾਤੰਤਰ ਦੇ ਜਿਹੜੀ ਪ੍ਰਣਾਲੀ ਆ ਉਹਨੂੰ ਉਹਦੇ 'ਚ ਵਿਸ਼ਵਾਸ ਨੂੰ ਹੋਰ ਪ੍ਰਵੱਕਰਦੀ ਆ ਪਾਰਟੀ ਵੱਲੋਂ ਤਿੰਨ ਮੁੱਖ ਮੰਤਰੀ ਦੇ ਚਿਹਰੇ ਐਲਾਨਣਾ ਪਹਿਲੀ ਗੱਲ ਤਾਂ ਉਹਨਾਂ ਦੇ ਵਿੱਚ ਕਨਫਿਊਜ਼ਨ ਦੀ ਨਿਸ਼ਾਨੀ ਆ ਦੂਜੀ ਚੰਨੀ ਸਾਹਿਬ ਦਾ ਜਿਹੜਾ ਕਹਿੰਦੇ ਸੀ ਵੀ ਦਲਤ ਭਾਈਚਾਰੇ ਦਾ ਅਸੀਂ ਬਹੁਤ ਵੱਡੀ ਗੱਲ ਕੀਤੀ ਆ ਉਹ ਦਲਤ ਭਾਈਚਾਰੇ ਦੀ ਤੋਹੀਨ ਵੀ ਆ ਇੱਕ ਮੁੱਖ ਮੰਤਰੀ ਹੁੰਦਿਆਂ ਦੋ ਮੁੱਖ ਮੰਤਰੀ ਹੋਰ ਨਾਲ ਖੜੇ ਕਰਨੇ ਮਤਲਬ ਮੁੱਖ ਮੰਤਰੀ ਦੀ ਨਾਂ ਅਹਲਿੱਤ ਤੇ ਮੋਹਰ ਲਾਤੀ ਅੱਜ ਕਾਂਗਰਸ ਦੀ ਹਾਈ ਕਮਾਂਡ ਨੇ ਔਰ ਦੂਜਾ ਦੰਤ ਭਾਈਚਾਰੇ ਦਾ અપਮਾਨ ਵੀ ਕਰਿਆ ਕਾਂਗਰਸ ਦੀ ਹਾਈ ਕਮਾਂਡ ਨੇ ਸੋ ਮੈਂ ਸਮਝਦਾ ਹਾਂ ਇਹਦਾ ਖਮਾਜਾ ਕਾਂਗਰਸ ਨੂੰ ਭੁਗਤਣਾ ਪਏਗਾ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਥਿਤੀ ਸਪਸ਼ਟ ਸੰਕੇਤ ਦੇਤੇ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਯੁੱਧ ਦਾ ਕਾਂਗਰਸ ਜਿਹੜੀ ਜੁੰਡੋ ਜੁੰਡੀ ਹੋ ਰਹੀ ਆ ਕਾਂਗਰਸ ਦਾ ਜਿਹੜਾ ਕਾਟੋ ਕਲੇਸ ਆ ਜਿਸ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਛਲੇ ਸਮੇਂ ਦੇ ਵਿੱਚ ਉਹ ਕਾਟੋ ਕਲੇਸ਼ ਜਾਰੀ ਰਹੇਗਾ ਇਹ ਵੀ ਸੰਕੇਤ ਅੱਜ ਦੇ ਫੈਸਲੇ ਨੇ ਦਿੱਤੇ ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਬੜਾ ਕਲੀਅਰ ਆ ਕਿ ਜਿਹੜੀ ਚੋਣ ਸਾਰਾ ਪ੍ਰਚਾਰ ਆ ਉਹ ਸਸ ਹੁਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋ ਰਿਹਾ ਸੋ ਉਹਦੇ 'ਚ ਕੋਈ ਭਲੇਖੇ ਵਾਲੀ ਗੱਲ ਹੀ ਹੈ ਨਹੀਂ ਹੁਣ ਵੀ ਇਹਨੂੰ ਚੋਣ ਪ੍ਰਚਾਰ ਕਰਫਿਊ ਦਾ ਨਾਮ ਦੇਣਾ ਭਾਵੇਂ ਦਿੱਤਾ ਗਿਆ ਚੋਣ ਕਮਿਸ਼ਨ ਵੱਲੋਂ ਪਰ ਕੋਈ ਇਹ ਲੋਕਿਕ ਗੱਲ ਨਹੀਂ ਹੈ ਪਹਿਲਾਂ ਵੀ 10 ਵਜੇ ਤੋਂ ਬਾਅਦ ਤਾਂ ਪ੍ਰਚਾਰ ਪਹਿਲਾਂ ਵੀ ਨਹੀਂ ਸੀ ਹੁੰਦਾ ਹੁਣ ਤਾਂ ਕਰੋਨਾ ਮਹਾਮਾਰੀ ਆ ਪਹਿਲਾਂ ਬਿਨਾ ਕਾਨੂੰਨਾ ਮਹਾਮਾਰੀ ਤੋਂ ਨਹੀਂ ਹੋਇਆ ਕਰਦਾ ਸੋ ਇਸ ਲਈ 2 ਘੰਟੇ ਦਾ ਫਰਕ ਆ ਸੋ ਇਸ ਲਈ ਇਹ ਅੱਜ ਦੇ ਹਾਲਾਤਾਂ ਦੇ ਮੁਤਾਬਕ ਮਤਲਬ 8 ਵਜੇ ਤੋਂ ਬਾਅਦ ਪ੍ਰਚਾਰ ਨਾ ਕਰਨ ਦੀ ਹਦਾਇਤ ਜਾਰੀ ਕਰਨਾ ਮਤਲਬ ਇਹ ਛਲਾਗਾ ਜਿਹੀ ਗੱਲ ਆ ਕੋਈ ਮੈਨੂੰ ਤੇ ਸਾਨੂੰ ਇਤਰਾਜ਼ ਨਹੀਂ